ਪੰਜਾਬ ਵਿੱਚ ਨਵਾਂ ਐਮਰਜੈਂਸੀ ਨੰਬਰ ਸ਼ੁਰੂ ਕੀਤਾ ਗਿਆ। ਨਵਾਂ ਨੰਬਰ 112 ਡਾਇਲ ਕਰਕੇ ਲੋਕ ਤਤਕਾਲ ਮਦਦ ਪਾ ਸਕਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਐਮਰਜੈਂਸੀ ਨੰਬਰ ਦੀ ਸ਼ੁਰੂਆਤ ਕੀਤੀ ਹੈ। ਹਾਲੇ ਤੱਕ ਚੱਲ ਰਹੇ ਪੁਲਿਸ ਹੈਲਪਲਾਈਨ, ਮਹਿਲਾ ਹੈਲਪਲਾਈਨ, ਫਾਇਰ ਬ੍ਰਿਗੇਡ ਤੇ ਹੈਲਥ ਨੰਬਰ ਦੀ ਜਗ੍ਹਾ ਇਸ ਐਮਰਜੈਂਸੀ ਸੇਵਾ ਨੂੰ ਸ਼ੁਰੂ ਕੀਤਾ ਗਿਆ। ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ, ਲੋਕਾਂ ਤੇ ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦੇ ਹੋਏ 112 ਨੰਬਰ ਲਾਂਚ ਕੀਤਾ ਗਿਆ, ਜੋ ਕਿ 2 ਮਹੀਨੇ ਅੰਦਰ 100 ਦੀ ਜਗ੍ਹਾ ਲੈ ਲਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਯੋਗ ਦੇ ਤੌਰ ਤੇ ਇਸ ਤੇ ਪਹਿਲੀ ਕਾਲ। ਕੈਪਟਨ ਨੇ ਕਿਹਾ ਕਿ ਮੁਸ਼ਕਲ ਘੜੀ ਵਿੱਚ ਇਹ ਸੇਵਾ ਲੋਕਾਂ ਲਈ ਕਾਫੀ ਲਾਭਦਾਇਕ ਸਿੱਧ ਹੋਵੇਗੀ। ਕਿੱਥੋਂ ਬੋਲ ਰਹੇ ਹੋ? ਮੋਹਾਲੀ ਪੁਲਿਸ ਕੰਟਰੋਲ। ਅੱਛਾ, ਕੈਸੇ ਚੱਲ ਰਿਹਾ ਸਾਰਾ ਪ੍ਰੋਗਰਾਮ? ਅੱਛਾ, ਅੱਜ ਸ਼ੁਰੂ ਹੋ ਗਿਆ? ਸਾਰੇ ਡਿਸਟ੍ਰਿਕਟ ਕਵਰ ਨੇ ਆਪਣੇ? ਚਲੋ ਬੇਟਾ, ਸ਼ਾਬਾਸ਼, ਬਣਾਈ ਹੋਈ ਤੁਹਾਨੂੰ ਸਾਰਿਆਂ ਨੂੰ। ਐਂਡ ਆਈ ਹੋਪ ਯੂ ਡੂ ਅ ਗੁੱਡ ਸਰਵਿਸ ਟੂ ਦੀ ਸਟੇਟ। ਥੈਂਕ ਯੂ, ਥੈਂਕ ਯੂ ਬੇਟਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਭਰ 112 ਨੰਬਰ ਤੇ ਆਉਣ ਵਾਲੀਆਂ ਸਾਰੀਆਂ ਕਾਲਾਂ ਮੋਹਾਲੀ ਦੇ ਫੇਸ 7 ਸਥਿਤ ਸੈਂਟਰਲ ਸੈੱਲ ਟਾਕਿੰਗ ਸੈਂਟਰ ਚਾਲੇਗੀ। ਇਸ ਤੋਂ ਬਾਅਦ ਇਹ ਅੱਗੇ 12 ਡਿਸਪੈਚ ਸੈਂਟਰਾਂ 'ਚ ਭੇਜੀ ਜਾਵੇਗੀ, ਜੋ ਰੂਪਨਗਰ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਸੰਗਰੂਰ ਤੇ ਪਟਿਆਲਾ ਵਿੱਚ ਨੇ। ਪੂਰੇ ਪੰਜਾਬ 'ਚੋਂ ਇਹਨਾਂ 12 ਡਿਸਪੈਚ ਸੈਂਟਰਾਂ ਨੂੰ ਕਵਰ ਕੀਤਾ ਜਾਵੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਨਵਾਂ ਐਮਰਜੈਂਸੀ ਨੰਬਰ ਕਿੰਨਾ ਕੁ ਕਾਮਯਾਬ ਹੁੰਦਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ।